ਅੱਜ ਅਸੀਂ ਗੱਲ ਕਰਾਂਗੇ ਨਵੀਂ ਆ ਰਹੀ ਪੰਜਾਬੀ ਮੂਵੀ ਸਰਾਭਾ ਕ੍ਰਾਈ ਫੋਰ ਫਰੀਡਮ ਦੀ। ਇਹ ਫਿਲਮ ਕਵੀ ਰਾਜ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਕਵੀ ਰਾਜ ਬਹੁਤ ਹੀ ਟੈਲੈਂਟਡ ਡਾਇਰੈਕਟਰ ਨੇ। ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਬਾਇਓਗ੍ਰਾਫੀ ਮੂਵੀ 'ਤੇ ਆਧਾਰਿਤ ਬਲੈਕ ਪ੍ਰਿੰਸ ਡਾਇਰੈਕਟ ਕੀਤੀ ਸੀ, ਜੋ ਕਿ ਵਰਲਡਵਾਈਡ ਬਹੁਤ ਹੀ ਪਸੰਦ ਕੀਤੀ ਗਈ ਸੀ। ਅਤੇ ਹੁਣ ਕਵੀ ਰਾਜ ਮੁੜ ਵਾਪਸੀ ਕਰ ਰਹੇ ਨੇ ਨੈਕਸਟ ਪੰਜਾਬੀ ਮੂਵੀ ਸਰਾਭਾ ਕ੍ਰਾਈ ਫੋਰ ਫਰੀਡਮ ਦੇ ਨਾਲ। ਇਸ ਮੂਵੀ ਦਾ ਸ਼ੂਟ ਸਟਾਰਟ ਹੋ ਚੁੱਕਿਆ ਹੈ। ਫਿਲਮ ਦੀ ਬਾਕੀ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਮੂਵੀ ਦੇ ਸ਼ੂਟ ਵੱਲ। ਇਸ ਮੂਵੀ ਦੇ ਵਿੱਚ ਜਪਤੇਜ ਸਿੰਘ ਲੀਡ 'ਚ ਦਿਖਾਈ ਦੇਣਗੇ ਅਤੇ ਉਹਨਾਂ ਨਾਲ ਜੋਬਨਪ੍ਰੀਤ ਸਿੰਘ ਅਤੇ ਮੁਕੁਲ ਦੇਵ ਵੀ ਦਿਖਾਈ ਦੇਣਗੇ। ਜੋਬਨਪ੍ਰੀਤ ਸਿੰਘ ਮੂਵੀ ਬਾਰੇ ਜਾਣਕਾਰੀ ਦਿੰਦਿਆਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਲਿਖਿਆ, ਇਤਿਹਾਸ ਨੂੰ ਸੰਭਾਲਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ, ਤਾਂ ਜੋ ਸਾਡੇ ਤੋਂ ਬਾਅਦ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਅਸੀਂ ਕੌਣ ਆ, ਸਾਡਾ ਵਜੂਦ ਕੀ ਆ। ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੁਰਬਾਨੀ ਦੀ ਲੋੜ ਪਈ ਆ, ਸਿੱਖ ਕੌਮ ਹਮੇਸ਼ਾ ਅੱਗੇ ਰਹੀ, ਚਾਹੇ ਉਹ ਜੰਗ ਦਾ ਮੈਦਾਨ ਹੀ ਕਿਉਂ ਨਾ ਹੋਵੇ। ਸਾਡੇ ਗੁਰੂਆਂ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਤੱਕ ਪੈਰ ਪੈਰ 'ਤੇ ਕੁਰਬਾਨੀ ਦੀ ਲੋੜ ਪਈ ਅਤੇ ਸਾਡੀ ਬਹਾਦਰ ਕੌਮ ਨੇ ਹਮੇਸ਼ਾ ਸ਼ੇਰ ਦੀ ਤਰ੍ਹਾਂ ਡੱਟ ਕੇ ਹਰ ਮੁਸ਼ਕਲ ਤੋਂ ਮੁਸ਼ਕਲ ਮੁਕਾਬਲਾ ਫਤਿਹ ਕੀਤਾ। ਵਾਹਿਗੁਰੂ ਮਿਹਰ ਕਰੇ ਤਾਂ ਹੋਰ ਵੀ ਕੋਸ਼ਿਸ਼ ਕਰਾਂਗੇ ਤਾਂ ਜੋ ਸਰਦਾਰ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਵਰਗੇ ਸੂਰਵੀਰਾਂ ਦੇ ਸਬਜੈਕਟ ਸਾਹਮਣੇ ਲੈ ਕੇ ਆਈਏ। ਸਾਡੇ ਇਤਿਹਾਸ ਨੂੰ ਸੰਭਾਲਣ ਦੀ ਪਹਿਲੀ ਕੋਸ਼ਿਸ਼, ਜਿਸ ਲਈ ਸਾਡੀ ਸਾਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਆ। ਵਾਅਦਾ ਕਰਦੇ ਹਾਂ ਕਿ ਤੁਸੀਂ ਜੋਸ਼ ਨਾਲ ਭਰ ਜਾਵੋਗੇ ਇਸ ਮੂਵੀ ਨੂੰ ਦੇਖਣ ਤੋਂ ਬਾਅਦ। ਸਰਾਭਾ ਮੂਵੀ ਗਦਰ ਪਾਰਟੀ ਦੀ ਮੂਵਮੈਂਟ 'ਤੇ ਆਧਾਰਿਤ ਹੈ, ਜੋ ਕਿ ਕਰਤਾਰ ਸਿੰਘ ਸਰਾਭਾ ਨੇ 17 ਸਾਲ ਦੀ ਉਮਰ ਵਿੱਚ ਜੁਆਇਨ ਕੀਤੀ ਸੀ। ਜੇ ਹੁਣ ਅਸੀਂ ਗੱਲ ਕਰੀਏ ਪ੍ਰੋਡਿਊਸਰਸ ਦੀ, ਤਾਂ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ ਅਰਵਿੰਦ ਸਿੰਗਲਾ, ਵਿਪਾਸ਼ਾ ਕਸ਼ਯਪ, ਕੁਲਦੀਪ ਸ਼ਰਮਾ, ਜਤਿੰਦਰ ਜੇ ਮਿਨਹਾਸ ਅਤੇ ਸਰਬਜੀਤ ਹੁੰਦਲ ਨੇ। ਇਹ ਮੂਵੀ 17 ਮਈ 2019 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ ਅਤੇ ਅਸੀਂ ਵੀ ਬਹੁਤ ਐਕਸਾਈਟਡ ਹਾਂ ਸਰਾਭਾ ਮੂਵੀ ਨੂੰ ਦੇਖਣ ਲਈ। ਤੁਸੀਂ ਕਿੰਨੇ ਕੁ ਐਕਸਾਈਟਡ ਹੋ, ਕਮੈਂਟ ਰਾਹੀਂ ਜ਼ਰੂਰ ਦੱਸੋ। ਅਤੇ ਐਵੇਂ ਹੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ ਨੂੰ ਪ੍ਰੈਸ ਕਰੋ।